ਰੱਖਦਿਆ ਸਿੱਧੂ ਮੂਸੇ ਵਾਲੇ ਚ ਹੰਕਾਰ ਬੋਲਦਾ ਮੇਰੀ ਮਾਂ ਨਾਲ ਕਿੰਨੇ ਪੁੱਤ ਖੜੇ ਆਏ ਲੋਕਾਂ ਦਾ ਪਿਆਰ ਬੋਲਦਾ ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਰੈਟ ਕਰਨ ਜਾ ਰਹੇ ਹਾਂ ਬਾਈ ਡੀ ਫੇਮ ਸੌਂਗ ਬਾਈ ਗਿੱਲ ਮਣੂਗੇ ਬਾਈ ਅਤੇ ਨਾਲ ਹੈਗਾ ਟਰਮ ਰੈਵਲ ਬਾਈ ਅਤੇ ਬਾਕੀ ਜੇ ਮਿਊਜ਼ਿਕ ਵਗੈਰਾ ਦੀ ਗੱਲ ਕਰੀਏ ਤਾਂ ਮਿਊਜ਼ਿਕ ਹੈਗਾ ਬਗਜ਼ੀ ਦਾ ਲਿਖਿਆ ਇਹ ਗਾਣਾ ਹੈਗਾ ਮਨਵੀਰ ਦਾ ਪੋਇਟ ਐਂਡ ਹੰਟਰ ਨੇ ਅਤੇ ਜਿਹੜੀ ਵੀਡੀਓ ਹੈਗੀ ਉਹ ਬਣਾਈ ਆ ਹੈਰੀ ਰਾਏ ਨੇ ਸੋ ਦੇਖਦਾ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ ਮੇਰੀ ਫਿਰਦੇ ਅਕਾਲ ਮਦ ਬੋਹਣ ਨੂੰ ਝੂਠੇ ਇਲਜ਼ਾਮ ਕਰਦੇ ਆ ਸਾਲੇ ਜਿੰਨਾ ਕੋਲੋ ਜੱਟ ਦੀ ਬਰਾਬਰੀ ਨੀ ਹੋਈ ਬਦਨਾਮ ਕਰਦੇ ਆ ਸਾਲੇ ਇਹ ਯਾਰ ਸਿੱਧੂ ਬਾਈ ਲਈ ਹੀ ਗਾਇਆ ਗਿਆ ਮੇਰੇ ਹਿਸਾਬ ਨਾਲ ਕਿਉਂਕਿ ਸਿੱਧੂ ਬਾਈ ਤੋਂ ਬਾਈ ਮਤਲਬ ਬਹੁਤ ਬਹੁਤ ਜ਼ਿਆਦਾ ਇੰਸਪਾਇਰਡ ਹੈਗਾ ਬਾਈ ਅਤੇ ਆਪਾਂ ਕਹਿ ਸਕਦੇ ਬਾਈ ਫੈਨ ਹੀ ਆ ਨਾ ਸਿੱਧੂ ਬਾਈ ਦਾ ਅਤੇ ਮਤਲਬ ਓਪਨਲੀ ਕਹਿੰਦਾ ਨਾਲੇ ਬਾਈ ਹੈ ਨਾ ਇਹੋ ਜਿਹੀ ਗੱਲ ਨਹੀਂ ਹੈਗੀ ਗਿੱਲ ਮਣੂ ਕੇ ਬਾਈ ਨੇ ਨਾ ਮਤਲਬ ਕਈ ਸਟੇਜ ਸ਼ੋਆਂ ਦੇ ਵਿੱਚ ਵੀ ਇਹ ਗੱਲ ਮਤਲਬ ਓਪਨਲੀ ਕਹੀ ਹੈਗੀ ਹਾਂ ਵੀ ਯਾਰ ਸਿੱਧੂ ਮੂਸੇ ਵਾਲੇ ਦੇ ਫੈਨ ਹੈਗੇ ਜੇ ਹੈਗੀਆਂ ਤਾਂ ਉਹਨੂੰ ਸੁਣਦੇ ਹੈਗੇ ਹੈ ਨਾ ਦੂਜੇ ਕਿਸੇ ਨੂੰ ਨਹੀਂ ਅਤੇ ਮਤਲਬ ਹਿੱਕ ਠੋਕ ਕੇ ਸਪੋਰਟ ਕਰਦਾ ਗਾ ਬਾਈ ਅਤੇ ਮਤਲਬ ਆਪਦੇ ਕਈ ਗਾਣਿਆਂ ਦੇ ਵਿੱਚ ਵੀ ਬਾਈ ਨੇ ਜ਼ਿਕਰ ਕੀਤਾ ਗਿਆ ਸਿੱਧੂ ਬਾਈ ਦਾ ਅਤੇ ਆਹ ਸ਼ਾਇਦ ਹੁੱਕ ਲਾਈਨ ਵੀ ਸਿੱਧੂ ਬਾਈ ਲਈ ਹੀ ਲਿਖੀ ਗਈ ਆ ਵੀ ਜਿਹਨਾਂ ਤੋਂ ਮਤਲਬ ਰੀਸ ਨਹੀਂ ਹੁੰਦੀ ਹੈ ਨਾ ਬਰਾਬਰੀ ਨਹੀਂ ਹੁੰਦੀ ਉਹ ਬਦਨਾਮ ਕਰਦੇ ਆ ਸਿੱਧੂ ਬਾਈ ਨੇ ਵੀ ਇਹ ਗੱਲ ਖੁਦ ਕਹੀ ਸੀਗੀ ਇੱਕ ਲਾਈਵ ਸ਼ੋ ਮਤਲਬ ਪਤਾ ਨਹੀਂ ਲਾਈਵ ਸ਼ੋਅ ਸੀਗਾ ਪਤਾ ਨਹੀਂ ਮਤਲਬ ਇੰਸਟਾ 'ਤੇ ਲਾਈਵ ਹੋਇਆ ਸੀਗਾ ਸ਼ਾਇਦ ਬਾਈ ਉਦੋਂ ਬਾਈ ਨੇ ਇਹ ਗੱਲ ਕਹੀ ਸੀਗੀ ਮਾਰਨ ਮਿੱਠੀਆਂ ਤੇ ਪਿੜਤੇ ਕਰਦੇ ਵਾਰ ਯਾਰੀ ਦਾ ਮੁੱਲ ਵੱਟਦੇ ਜੋ ਨਸਲੋਂ ਹੋਣ ਮਕਾਰ ਪੈਸੇ ਪਿੱਛੇ ਟੁੱਟਦੇ ਮੈਂ ਵੇਖੇ ਕੌਲ ਕਰਾਰ ਨੀਤਾਂ ਹੋਵਣ ਖੋਟੀਆਂ ਤੇ ਬਣਦੇ ਨਹੀਂ ਕਿਰਦਾਰ ਮੈਨੂੰ ਤਾਂ ਐਂ ਸੀ ਇਕੱਲਾ ਸਟੰਟ ਹੀ ਮਾਰਦਾ ਬਾਈ ਤਾਂ ਇੱਧਰ ਵੀ ਕੰਮ ਦੱਬੀ ਤੁਰਿਆ ਹੁੰਦਾ ਰੈਪ ਵਾਲੇ ਪਾਸੇ ਵੀ ਘੈਂਟ ਯਾਰ ਲੰਡੂਆਂ ਤੋਂ ਕਿੱਥੇ ਜਰਿਆ ਜਾਂਦਾ ਯਾਰ ਅੱਗ ਲੱਗ ਜਾਂਦੀ ਆ ਸਾਲਿਆਂ ਦੀ ਉਸੇ ਜਿਹੀ ਕਰਦੇ ਆ ਮੋਰੀਆਂ ਨੀ ਜਿਹੜੀ ਥਾਲੀ ਵਿੱਚ ਖਾਂਦੇ ਆ ਉੱਤੇ ਮਤਲਬ ਚੜ੍ਹਦੇ ਦੀ ਖਿੱਚਦੇ ਆ ਲੱਤ ਫਾਇਦਾ ਨਾ ਗ੍ਰਾਮ ਕਰਦੇ ਆ ਕਿਸੇ ਦਾ ਗ੍ਰਾਮ ਵੀ ਫਾਇਦਾ ਨਹੀਂ ਕਰਦੇ ਲੱਤ ਜ਼ਰੂਰ ਖਿੱਚਦੇ ਆ ਕਿਆ ਬਾਤ ਆ ਯਾਰ ਘੈਂਟ ਆ ਜਿੰਨਾ ਕੋਲੋਂ ਜੱਟ ਦੀ ਬਰਾਬਰੀ ਨਹੀਂ ਹੋਈ ਬਦਨਾਮ ਕਰਦੇ ਆ ਸਾਲੇ ਜਿੰਨਾ ਕੋਲੋਂ ਜੱਟ ਦੀ ਬਰਾਬਰੀ ਨਹੀਂ ਹੋਈ ਬਦਨਾਮ ਕਰਦੇ ਆ ਸਾਲੇ ਜਿਹਦੇ ਵੱਲ ਉਹ ਸੱਚਾ ਰੱਬ ਆ ਉਹ ਕਿਸੇ ਦਾ ਮੋਹਤਾਜ ਨੀ ਹੈਗਾ ਪਾਈਆਂ ਪੈੜਾਂ ਮਿਟਣੀਆਂ ਰੂਦਰਾਂ ਤੇ ਕਰਦਾ ਰਾਜ ਕੋਈ ਨਾ ਚਾਦਰ ਚਿੱਟੀ ਇੱਥੇ ਜਾਣ ਦੀ ਕੀਮਤ ਮਿੱਟੀ ਇੱਥੇ ਸਿਵਿਆਂ ਉੱਤੇ ਸਿਆਸਤ ਹੁੰਦੀ ਐਦਾਂ ਕੈਮ ਰਿਆਸਤ ਹੁੰਦੀ ਲੀਡਰ ਕੋਈ ਸਾਫ਼ ਮਿਲੇ ਨਾ ਤਾਂ ਹੀ ਤਾਂ ਇਨਸਾਫ਼ ਮਿਲੇ ਨਾ ਦੋਸਤ ਦੋਸਤ ਵੀ ਕੈਮ ਨੇ ਮੇਰੇ ਅਥਰਾ ਜਿਹਾ ਸਟੈਲ ਮੈਂ ਹਿਟਰਾਂ ਦੇ ਦਿਲ ਫੂਕਦਾ ਲੋਕੈਨ ਮੈਨੂੰ ਹੋਸਟੈਲ ਆਪਣੀ ਚਾਲੇ ਚੱਲਦਾ ਨਿੰਮ ਲਾ ਕੇ ਕਲਮ ਨੂੰ ਫੈਲ ਗਣ ਗੱਡੀਆਂ ਦੇ ਵਿੱਚ ਵੱਜਦੇ ਨਿੰਮ ਲਿਖਦਾ ਵਸ ਟੈਲ ਨਿੰਮ ਲਿਖਦਾ ਵਸ ਟੈਲ
ਕਈ ਮੈਨੂੰ ਆਖਦੇ ਆ ਸਿੱਧੂ ਮੂਸੇ ਵਾਲੇ ਚ ਹੰਕਾਰ ਬੋਲਦਾ। ਆ ਸੁਣਨ ਵਾਲੀ ਚੀਜ਼ ਆ ਬਾਬੇ, ਧਿਆਨ ਨਾਲ ਸੁਣਿਓ ਇੱਕ ਮਿੰਟ। ਕਈ ਮੈਨੂੰ ਆਖਦੇ ਆ ਸਿੱਧੂ ਮੂਸੇ ਵਾਲੇ ਚ ਹੰਕਾਰ ਬੋਲਦਾ, ਮੇਰੀ ਮਾਂ ਨਾਲ ਕਿੰਨੇ ਪੁੱਤ ਖੜੇ ਆਏ ਲੋਕਾਂ ਦਾ ਪਿਆਰ ਬੋਲਦਾ। ਸਹੀ ਗੱਲ ਆ, ਦੱਸਣਾ ਨਹੀਂ ਪੈਂਦਾ, ਇਹ ਦੱਸਣ ਵਾਲੀ ਚੀਜ਼ ਨਹੀਂ ਹੈਗੀ ਕਿ ਲੋਕ ਕਹਿੰਦਾ ਹੰਕਾਰ ਬੋਲਦਾ ਉਹਦੇ 'ਚ, ਠੀਕ ਆ। ਜਿੰਨੀ ਉਹਨੂੰ ਸਪੋਰਟ ਆ ਗਈ ਹੈ ਨਾ, ਜਿੰਨਾ ਅਗਲੇ ਦੇ ਮਤਲਬ ਇੰਨਾ ਤਾਂ ਲੋਕਾਂ ਦੇ ਵਿਆਹਾਂ 'ਤੇ ਇਕੱਠ ਨਹੀਂ ਹੁੰਦਾ ਹੈ ਨਾ, ਵੱਡੇ ਵੱਡੇ ਲੀਡਰਾਂ ਦੇ, ਅਤੇ ਜਿੰਨਾ ਇਕੱਠ ਬੰਦਾ ਮਤਲਬ ਜਾਂਦਾ ਹੋਇਆ ਹੈ ਨਾ ਦਿਖਾ ਗਿਆ ਦੁਨੀਆਂ ਨੂੰ। ਨਾਈਸ ਯਾਰ, ਬਹੁਤ ਵਧੀਆ। ਜਗ੍ਹਾ ਦੁਨੀਆਂ ਦੇ ਦਿਲਾਂ ਵਿੱਚ ਖਾਸ ਆਏ ਗੱਲੀ ਬਾਤੀਆਂ ਹਮ ਕਰਦੇ ਆ ਸਾਲੇ, ਜਿੰਨਾ ਕੋਲੋਂ ਜੱਟ ਦੀ ਬਰਾਬਰੀ ਨਹੀਂ ਹੋਈ ਬਦਨਾਮ ਕਰਦੇ ਆ ਸਾਲੇ, ਜਿੰਨਾ ਕੋਲੋਂ ਜੱਟ ਦੀ ਬਰਾਬਰੀ ਨਹੀਂ ਹੋਈ ਬਦਨਾਮ ਕਰਦੇ ਆ ਸਾਲੇ। ਸੋ ਬਈ ਇਹੀ ਸੀਗਾ ਗਾਣਾ ਅਤੇ ਗਾਣਾ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਘੈਂਟ ਸੀਗਾ ਗਾਣੇ ਦਾ। ਆਪਾਂ ਮਿਊਜ਼ਿਕ ਦੀ ਗੱਲ ਕਰੀਏ, ਕੰਪੋਜੀਸ਼ਨ ਦੀ ਗੱਲ ਕਰੀਏ, ਚਾਹੇ ਆਪਾਂ ਲਿਰਿਕਸ ਦੀ ਗੱਲ ਕਰੀਏ, ਸਾਰਾ ਕੁਝ ਪੂਰਾ ਘੈਂਟ ਸੀਗਾ। ਲਿਖਿਆ ਗਾਣਾ ਬਹੁਤ ਵਧੀਆ ਸੀਗਾ ਅਤੇ ਬਾਈ ਨੇ ਰੈਪ ਬਹੁਤ ਵਧੀਆ ਕੀਤੀ ਹੈਗੀ, ਮਤਲਬ ਫੁੱਲ ਸਵਾਦ ਆਇਆ ਯਾਰ ਕੁੱਲ ਮਿਲਾ ਕੇ ਪੂਰਾ, ਮਤਲਬ ਇੰਟਰਟੇਨਮੈਂਟ ਦਾ ਇੱਕ ਪੂਰਾ ਘੈਂਟ ਪੈ ਗਏ ਸੀਗਾ ਇਹ ਗਾਣਾ। ਅਤੇ ਬਾਕੀ ਯਾਰ ਗੱਲ ਮਾਨੂ ਕੇ ਬਾਈ ਦੀ ਵੋਕਲ ਬਹੁਤ ਘੈਂਟ ਸੀਗੀ। ਅਤੇ ਬਾਕੀ ਇੱਕ ਗੱਲ ਹੋਰ ਆ, ਇਹ ਐਂ ਨਹੀਂ ਹੈਗਾ ਕੋਈ ਵੀ ਜਿਹੜਾ ਬਾਈ ਮਤਲਬ ਗਿੱਲ ਮਾਨੂ ਕੇ ਬਾਈ ਆ ਹੈ ਨਾ, ਜਾਂ ਇਹਨੇ ਪਹਿਲੀ ਵਾਰ ਬਾਈ ਨੇ ਸਿੱਧੂ ਮੂਸੇ ਵਾਲੇ ਬਾਈ ਦੀ ਸਪੋਰਟ ਕੀਤੀ ਆ ਹੈ ਨਾ, ਇਹਦੂ ਪਹਿਲਾਂ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਅਤੇ ਓਪਨਲੀ ਸਪੋਰਟ ਕੀਤੀ ਹੈਗੀ ਸਿੱਧੂ ਬਾਈ ਦੀ। ਇਦੂ ਪਹਿਲਾਂ ਮਤਲਬ ਇੱਕ ਹੋਰ ਸਿੰਗਰ ਦਾ ਫੈਨ ਸੀਗਾ ਹੈ ਨਾ, ਉਹ ਵੀ ਆ ਕੇ ਸਿੱਧੂ ਬਾਈ ਬਾਰੇ ਗਲਤ ਬੋਲਦਾ ਸੀਗਾ, ਬਾਈ ਦੇ ਲਾਈਵ ਜਾ ਕੇ ਵੀ ਗਲਤ ਬੋਲਦਾ ਸੀ, ਠੀਕ ਆ। ਉਹਨੂੰ ਪਿੰਡ ਜਾ ਕੇ ਉਹਦੇ ਅਤੇ ਚੰਗੀ ਤਰ੍ਹਾਂ ਉਹਦੀ ਕੁੱਤੇ ਖਾਣੀ ਕਰਕੇ ਆਇਆ ਸੀਗਾ ਬਾਈ। ਅਤੇ ਬਸ ਇਹੀ ਸੀਗੀ ਬਾਈ ਵੀਡੀਓ ਆਪਣੀ, ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ, ਜੇ ਗਾਣਾ ਵਧੀਆ ਲੱਗਿਆ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਫੇਰ ਮਿਲਦਾ ਨਵੀਂ ਵੀਡੀਓ ਨਾਲ। ਥੈਂਕਸ ਫੋਰ ਵਾਚਿੰਗ ਗਾਈਜ਼।